ਨੀਨਾ ਤੁਸੀਂ ਵੀ ਸਤਿ ਸ਼੍ਰੀ ਅਕਾਲ ਕਰੋ। ਅੱਜ ਬਫੇ ਜਾਣਾ। ਨੀਨਾ ਨੇ ਪਹਿਲਾਂ ਹੀ ਦੱਸਤਾ ਅੱਜ ਕੀ ਕਰਨਾ, ਅੱਜ ਬੇਫੇ ਜਾਣਾ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਦੇ ਪੈਰੀ ਪੈਂਦੇ ਹਾਂ। ਅਤੇ ਅੱਜ ਨਾ ਐਕਚੁਲੀ ਪਲਾਨ ਕੀ, ਅੱਜ ਸੈਟਰਡੇ ਮੋਰਨਿੰਗ ਆ। ਸੱਚ ਪਹਿਲਾਂ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ, ਮੈਨੂੰ ਕਈਆਂ ਦੇ ਨਾ ਕਮੈਂਟਸ ਆਏ ਸੀਗੇ ਵੀ ਜਿਹੜਾ ਆਪਣੀ ਸੁਨਾਮੀ ਦੀ ਵਾਰਨਿੰਗ ਸੀਗੀ ਨਿਊਜ਼ੀਲੈਂਡ ਦੇ ਵਿੱਚ, ਕੱਲ੍ਹ ਸਵੇਰੇ ਨਾ ਬਹੁਤ ਤਗੜਾ ਅਰਥਕੁਏਕ ਆਇਆ, 3 ਅਰਥਕੁਏਕ ਆਏ ਨੇ, ਤਾਂ ਇੱਕ ਸੀਗਾ 8.1 ਰਿਚਰ ਸਕੇਲ 'ਤੇ, ਹੈ ਨਾ। ਤਾਂ ਉਹਦੇ ਨਾਲ ਕੋਈ ਮਤਲਬ ਇੱਦਾਂ ਕੋਈ ਡੈਮੇਜ ਨਹੀਂ ਹੋਇਆ, ਪਰ ਸੁਨਾਮੀ ਦੀ ਵਾਰਨਿੰਗ ਇਸ਼ੂ ਹੋ ਗਈ ਸੀਗੀ ਅਤੇ ਕਾਫੀ ਕੋਸਟ ਜਿਵੇਂ ਕਹਿ ਲਓ ਵੀ ਖਾਲੀ ਵੀ ਕਰਵਾਤੀ ਸੀਗੀ, ਪਰ ਟੋਰੰਗਾ ਜਿੱਥੇ ਆਪਾਂ ਰਹਿੰਦੇ ਹਾਂ ਬਿਲਕੁਲ ਸੇਫ ਸੀਗਾ ਉਹ ਸਾਰੀ ਕੋਸਟ। ਉਹਨਾਂ ਨੇ ਸਿਰਫ ਇੰਨਾ ਕਿਹਾ ਸੀ ਪਾਣੀ ਦੇ ਵਿੱਚ ਨਹੀਂ ਜਾਣਾ, ਅਤੇ ਜਿਹੜੇ ਕੋਸਟ ਲਾਈਨ ਦੇ ਬਿਲਕੁਲ ਨੇੜੇ ਰਹਿੰਦੇ ਆ ਉਹ ਮਤਲਬ ਉੱਥੋਂ ਖਾਲੀ ਕਰਕੇ ਕਿਸੇ ਉੱਚੀ ਜਗ੍ਹਾ 'ਤੇ ਚਲ ਜਾਣ, ਬਾਕੀ ਸਾਰੇ ਸੇਫ ਸੀਗੇ। ਬਟ ਸਭ ਕੁਛ ਠੀਕ ਠਾਕ ਰਿਹਾ, ਵੇਵਸ ਆਈਆਂ ਨੇ ਪਰ ਜ਼ਿਆਦਾ ਡੈਮੇਜ ਕੁਛ ਨਹੀਂ ਹੋਇਆ, ਅਤੇ ਮਤਲਬ ਕੋਸਟ ਤੋਂ ਬਾਹਰ ਨਹੀਂ ਆਈਆਂ ਉਹ, ਸੋ ਵਧੀਆ ਹੋ ਗਿਆ। ਦੂਜੀ ਗੱਲ, ਆਪਣੇ 15,000 ਸਬਸਕ੍ਰਾਈਬਰਸ ਹੋ ਗਏ ਜੀ, ਥੈਂਕ ਯੂ ਸੋ ਮੱਚ, ਦਿਲੋਂ ਰੀਅਲੀ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਆਪਣੀਆਂ ਫੈਮਿਲੀ ਵੀਡੀਓਜ਼ ਨੂੰ। ਅਤੇ ਅਰਮਾਨ ਦਾ ਬਰਥਡੇ ਆ ਰਿਹਾ ਨੈਕਸਟ ਫਰਾਈਡੇ ਨੂੰ, 12 ਮਾਰਚ ਨੂੰ, ਸੋ ਸੈਟਰਡੇ ਨਹੀਂ ਫਰਾਈਡੇ ਆ ਉਦਮ ਪੁੱਤ, ਹਾਂਜੀ। ਤਾਂ ਛੋਟੀ ਜਿਹੀ ਇੱਕ ਸੈਲੀਬ੍ਰੇਸ਼ਨ ਕਰਨੀ ਆ ਆਪਾਂ ਘਰ, ਅਤੇ ਅੱਜ ਅਰਮਾਨ ਵਾਸਤੇ ਨਾ ਕੁਛ ਇੱਕ ਤਾਂ ਕੱਪੜੇ ਕੁੱਪੜੇ ਲੈਣੇ ਸੀਗੇ, ਮਾੜੀ ਮੋਟੀ ਸ਼ੋਪਿੰਗ ਕਰਨੀ ਸੀਗੀ, ਸੈਟਰਡੇ ਮੋਰਨਿੰਗ ਆ, ਛੁੱਟੀ ਆ ਸਾਰਿਆਂ ਦੇ ਸੀਗੇ, ਚੱਲ ਚੱਲਦੇ ਹਾਂ। ਅਤੇ ਇੱਕ ਐਕਚੁਲੀ ਮੈਂ ਚੀਜ਼ ਸਰਪ੍ਰਾਈਜ਼ ਰੱਖਣੀ ਚਾਹੁੰਦਾ ਸੀ ਅਰਮਾਨ ਵਾਸਤੇ, ਪਰ ਮੈਨੂੰ ਲੱਗਦਾ ਮੈਨੂੰ ਦੱਸਣਾ ਚਾਹੀਦਾ, ਤਾਂ ਮੈਂ ਸੋਚਿਆ ਪਹਿਲਾਂ ਵੀਡੀਓ ਸਟਾਰਟ ਕਰਾਂ ਫਿਰ ਦੱਸੂੰਗਾ ਇਹਨੂੰ। ਹਾਂਜੀ, ਤੇਰੇ ਲਈ ਕੁਛ ਲੈਣਾ ਸੀਗਾ ਪੁੱਤ, ਨਹੀਂ ਸਰਪ੍ਰਾਈਜ਼ ਮੈਂ ਤਾਂ ਸੋਚਿਆ ਮਨ ਬਈ ਜੇ ਲੈ ਲਿਆ ਬਾਅਦ ਤੈਨੂੰ ਉਹ ਮਤਲਬ ਉਹਦੀ ਸਾਈਜ਼ ਸੁਈਜ਼ ਚੀਜ਼ਾਂ ਠੀਕ ਨਾ ਆਈਆਂ ਫਿਰ ਪੰਗਾ ਪੈ ਜਾਣਾ, ਫਿਰ ਚੇਂਜ ਕਰਨਾ ਪੈਣਾ। ਮਤਲਬ ਦੱਸਾਂ ਮੈਂ ਕੀ ਲੈਣਾ ਸੀਗਾ, ਹਾਕੀ ਹਾਕੀ ਸਟਿੱਕ ਲੈਣੀ ਸੀ ਤੇਰੇ ਲਈ, ਸੋ ਮੈਂ ਚਾਹੁੰਦਾ ਵੀ ਤੂੰ ਨਾਲ ਚੱਲੇ ਸਿਲੈਕਟ ਕਰ ਲਵੇ, ਹੈ ਨਾ। ਕਦੋਂ ਲੈਣੀ ਆ? ਹੁਣ ਚੱਲੇ ਆ, ਅੱਜ ਅੱਜ ਓ ਮਾਈ ਗੋਡ, ਕਿਉਂਕਿ ਫਿਰ ਡੈਡਾ ਨੇ ਰੈਬਲ ਸਪੋਟ ਨਹੀਂ ਹੈਗੀ ਆ ਜਗ੍ਹਾ ਇੱਕ ਗੋ ਹਾਕੀ, ਉੱਥੇ ਸਿਰਫ ਹਾਕੀ ਦਾ ਸਮਾਨ ਮਿਲਦਾ, ਸੋ ਉੱਥੇ ਜਾਣਾ ਪਹਿਲਾਂ, ਅਰਮਾਨ ਨੂੰ ਹਾਕੀ ਲੈ ਕੇ ਦਿੰਦੇ ਹਾਂ ਆਪਾਂ, ਅਤੇ ਤੁਹਾਨੂੰ ਮੈਂ ਸਾਰਾ ਦਿਖਾਊਂਗਾ ਉੱਥੇ। ਉਸ ਤੋਂ ਬਾਅਦ 'ਚ ਆਪਾਂ ਜਾਣਾ ਬੇਫੇਅਰ, ਜਿਹੜਾ ਕਿ ਟੋਰੰਗੇ ਦਾ ਇੱਕ ਬਹੁਤ ਹੀ ਵੱਡਾ ਸ਼ੋਪਿੰਗ ਮੋਲ ਆ, ਉੱਥੋਂ ਜਾ ਕੇ ਮਾੜੇ ਮੋਟੇ ਕੱਪੜੇ ਬੱਚਿਆਂ ਦਾ ਸਮਾਨ, ਅਤੇ ਉਸ ਤੋਂ ਬਾਅਦ 'ਚ ਅਰਮਾਨ ਦੀ ਅੱਜ ਪੰਜਾਬੀ ਕਲਾਸ ਹੁੰਦੀ ਹੈ ਸੈਟਰਡੇ ਗੁਰਦੁਆਰਾ ਸਾਹਿਬ, ਫਿਰ ਇਹਨੂੰ ਉੱਥੇ ਡਰੋਪ ਕਰਨਾ। ਤਾਂ ਨਿਕਲਦੇ ਹਾਂ ਘਰੋਂ, ਮੈਡਮ ਜੀ ਵੀ ਤਿਆਰ ਹੋ ਗਏ ਅੰਦਰ, ਅਤੇ ਚੱਲਦੇ ਹਾਂ। ਨੀਨਾ ਗੱਲ ਸੁਣ ਮੇਰੀ, ਓਕੇ? ਤੇ ਨੀਨਾ ਸਤਿ ਸ਼੍ਰੀ ਅਕਾਲ ਬੁਲਾਈ ਸੀ? ਵੇਖੋ ਓ ਵਾਓ, ਫਿਨਿਸ਼ ਕਰਤਾ, ਗੁੱਡ ਗਰਲ। ਅੱਛਾ ਗੱਲ ਸੁਣ, ਸਤਿ ਸ਼੍ਰੀ ਅਕਾਲ ਬੁਲਾਈ ਸੀ ਤੂੰ? ਅੱਜ ਵਾਲੀ ਸਾਰੀ ਵੀਡੀਓ ਆਪਾਂ ਨੰਨੇ ਮੁੰਨੇ ਕੈਮਰੇ ਨਾਲ ਬਣਾਉਣੀ ਆ, ਬਸ ਮੈਂ ਪਹਿਲਾ ਸ਼ਾਟ ਲਿੱਤਾ ਸੀ ਆਪਣੇ ਦੂਜੇ ਕੈਮਰੇ ਨਾਲ, ਅਤੇ ਹੁਣ ਆ ਗੋਪਰੋ ਨਾਲ ਬਣਾਵਾਂਗੇ ਆਪਾਂ ਵੀਡੀਓ, ਦੇਖਦੇ ਹਾਂ ਕਿੱਦਾਂ ਆਉਂਦੀ ਆ। ਸੀਟ ਬੈਲਟ ਲਾ ਪੁੱਤ, ਨੀਨਾ ਸੀਟ ਬੈਲਟ ਲਾ ਲਈ? ਗੁੱਡ ਗਰਲ। ਆ ਕੈਮਰਾ ਲਾਇਆ ਹੋਇਆ ਵੈਨ ਦੇ ਵਿੱਚ, ਸਪੀਡ ਕੈਮਰਾ, ਮਤਲਬ ਜੇ ਕੋਈ ਜ਼ਿਆਦਾ ਤੇਜ਼ ਜਾਂਦਾ ਹੋਵੇ, ਪੁਲਿਸ ਵਾਲਿਆਂ ਨੇ ਲਾਇਆ ਹੁੰਦਾ। ਲਓ ਜੀ ਪਹੁੰਚ ਗਏ ਆਪਣਾ ਗੋ ਹਾਕੀ ਆ ਜਗ੍ਹਾ ਦਾ ਨਾਮ, ਸ਼ੋਪ ਦਾ ਨਾਮ, ਜਿੱਥੇ ਆਪਾਂ ਲੈਣ ਆਏ ਹਾਂ ਹਾਕੀ, ਅਤੇ ਸਪੈਸ਼ਲਾਈਜ਼ ਆਇਆ ਹਾਕੀ ਦੇ ਵਿੱਚ ਮਾਊਂਟ ਦੇ ਵਿੱਚ, ਆਹ ਦੇਖੋ ਆ ਸਾਹਮਣੇ ਆ। ਅਰਮਾਨ ਲਈ ਹਾਕੀ ਲੈਣ ਆਏ ਹਾਂ ਗੋ ਹਾਕੀ ਸ਼ੋਪ 'ਤੇ, ਅਤੇ ਚੂਜ਼ ਕਰ ਰਹੇ ਹਾਂ ਆਪਸ਼ਨ ਕਿ ਕਿਹੜੀ ਇਹਦੇ ਲਈ ਸਹੀ ਹੋਏਗੀ। ਫਿਊ ਹਾਕੀਜ਼ ਟਰਾਈ ਕੀਤੀਆਂ ਮੁੰਡੇ ਨੇ, ਐਕਸਪਲੇਨ ਬਹੁਤ ਸੋਹਣਾ ਕੀਤਾ, ਮੈਨੂੰ ਨਹੀਂ ਸੀ ਪਤਾ ਵੀ ਹਾਕੀ ਦੇ ਵਿੱਚ ਵੀ ਨਾ ਇੰਨੀਆਂ ਕਰਵਸ ਹੁੰਦੀਆਂ ਨੇ, ਕਿੰਨੀਆਂ ਗੱਲਾਂ ਬਾਤਾਂ ਹੁੰਦੀਆਂ। ਸੋ ਅਰਮਾਨ ਟਰਾਈ ਕਰ ਰਿਹਾ 2-3, ਬਾਕੀ ਦੇਖਦੇ ਹਾਂ ਕਿੱਦਾਂ ਹੁੰਦੀ ਆ। ਲੀਨਾ ਆਪਾਂ ਹਾਕੀ ਲੈਣ ਆਏ ਹਾਂ, ਅਤੇ ਤੁਸੀਂ ਕੀ ਕਰੀ ਜਾ ਰਹੇ ਹੋ? ਅੱਛਾ ਤੁਸੀਂ ਆਪਣਾ ਹੀ ਪਲੇਅ ਸ਼ੁਰੂ ਕਰ ਲਿਆ ਇੱਥੇ? ਹਾਕੀ ਸਟਿੱਕ ਲੈ ਲਈ ਮਾਨ ਨੇ, ਮਨ ਵਧੀਆ ਲੱਗੀ ਤੈਨੂੰ? ਉਹ ਵੀ ਹੈਗਾ ਯਾਰ, ਮੈਂ ਦੇਖਿਆ ਸਿੰਗਲ ਟਾਇਰ ਵਾਲੇ, ਹੈ ਨਾ। ਮਨ ਕਿੱਦਾਂ, ਵਧੀਆ ਲੱਗੀ ਹਾਕੀ? ਤੇਰੀ ਪਸੰਦ ਹੀ ਆ ਗਈ ਹੈ ਨਾ,
ਮਤਲਬ 95% ਕਾਰਬਨ ਆ ਕਾਰਬਨ ਜਿੰਨਾ 100% ਕਾਰਬਨ ਆ ਯਾ 100% ਹੈ ਵਾਲੀ ਚਲੋ ਹੁਣ ਆਪਾਂ ਚੱਲਦੇ ਆ ਬੇਫੇਅਰ ਬੇਫੇਅਰ ਜਾ ਕੇ ਬੱਚਿਆਂ ਦੇ ਕੱਪੜੇ ਕੁਪੜੇ ਦੇਖਣੇ ਆ ਮਾੜੀ ਜਿਹੀ ਨਾਲੇ ਤੁਹਾਨੂੰ ਸਾਰਾ ਸ਼ਾਪਿੰਗ ਮਾਲ ਦਿਖਾਉਂਦੇ ਆ ਉੱਥੇ ਦਾ ਉੱਥੇ ਜਾ ਕੇ ਮਿਲਦੇ ਹੁਣ ਆਪਾਂ ਕਾਈਂਡ ਆਫ ਲਾਈਕ ਸ਼ਾਪਿੰਗ ਆਮ ਸ਼ੋ ਬਰਥਡੇ ਸ਼ਾਪਿੰਗ ਬੇਫੇਅਰ ਟੂਰ ਆ ਉੱਤੇ ਰੈੱਡ ਲਾਈਟਾਂ ਦੇਖਦੀਆਂ ਬਾਹਰ ਜਿੱਥੇ ਕਿਤੇ ਗ੍ਰੀਨ ਲਾਈਟ ਹੋਵੇ ਉਹ ਪਾਰਕਿੰਗ ਖਾਲੀ ਹੁੰਦੀ ਆ ਇੱਕ ਸਾਹਮਣੇ ਉੱਤੇ ਉੱਤੇ ਰੈੱਡ ਲਾਈਟਾਂ ਲਾਈਆਂ ਹੋਈਆਂ ਨੇ ਅਤੇ ਥੱਲੇ ਸੈਂਸਰ ਨੇ ਹਰੇਕ ਪਾਰਕਿੰਗ ਦੇ ਫਿਰ ਪਹੁੰਚ ਗਏ ਆਪਾਂ ਅਤੇ ਗੱਡੀ ਬੜੀ ਮੁਸ਼ਕਿਲ ਨਾਲ ਲੱਭੀ ਆ ਪਾਰਕਿੰਗ ਬਾਕੀ ਹੁਣ ਦੇਖਦੇ ਅੰਦਰ ਚੱਲਦੇ ਹਾਂ ਅਤੇ ਅਸੀਂ ਹੁਣ ਅਰਮਾਨ ਦੇ ਕੱਪੜੇ ਲੈਣ ਲਈ ਸ਼ੋਪ ਲੱਭ ਰਹੇ ਹਾਂ ਅਤੇ ਬੇਫਿਰ ਇੰਨਾ ਵੱਡਾ ਇਹਨਾਂ ਨੇ ਹੁਣ ਬਣਾਤਾ ਅਸੀਂ ਕਾਫੀ ਦੇਰ ਬਾਅਦ ਆਏ ਹਾਂ ਸਮਝ ਹੀ ਨਹੀਂ ਆ ਰਿਹਾ ਕਿਹੜੀ ਸ਼ੋਪ 'ਚ ਜਾਈਏ ਅਤੇ ਜ਼ਿਆਦਾਤਰ ਅਡਲਟਸ ਵਾਲੀਆਂ ਸ਼ੋਪਸ ਨੇ ਲਾਈਕ ਬੱਚਿਆਂ ਦੇ ਕੱਪੜਿਆਂ ਵਾਲੀਆਂ ਘੱਟ ਨੇ ਇੱਥੇ ਸੋ ਫਾਈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੋਟਨ ਔਨ ਦੇਖ ਲੈਂਦੇ ਹਾਂ ਜੀ ਚਲੋ ਹਾਂ ਬਟ ਹੁਣ ਤੂੰ ਕਿੱਡ ਵੀ ਨਹੀਂ ਨਾ ਹੁਣ ਤੂੰ ਥੋੜ੍ਹਾ ਵੱਡਾ ਹੋ ਗਿਆ ਆ ਯਾ ਦੇਖਦੇ ਹਾਂ ਤੇਰੀ ਚੋਇਸ ਤਾਂ ਕੁਛ ਮਿਲ ਜੇ ਵਧੀਆ ਜਾ ਹੈਲੀ ਨਾ ਕੀ ਕਰ ਰਹੇ ਹੋ ਤੁਸੀਂ ਓਏ ਹੋਏ ਅੱਛਾ ਭਜਾ ਲੈਣੀ ਆ ਲੈ ਵੀਰ ਜੀ ਵੀ ਆ ਗਏ ਯੂ ਆਰ ਨਾਟ 6 ਈਅਰ ਓਲਡ ਅਰਮਾਨ ਤੂੰ ਤਾਂ ਫਿੱਟੀ ਨਹੀਂ ਹੋ ਸਕਦਾ ਲੀਨ ਹਰ ਕਾਰ ਟ੍ਰਾਈ ਕਰਨੀ ਆ ਤੂੰ ਬੇਫੇਅਰ ਦੀ ਹੈ ਐਂਡ ਯੂ ਲਾਈਕ ਦ ਪਿੰਕ ਕਲਰ ਓਕੇ ਸਮਾਨ ਤਾਂ ਅਸੀਂ ਹਾਲੇ ਕੁਛ ਨਹੀਂ ਦਿੱਤਾ ਪਰ ਭੁੱਖ ਬਹੁਤ ਲੱਗਿਆ ਜੀ ਸੋ ਕੁਛ ਖਾਂਦੇ ਹਾਂ ਪਹਿਲਾਂ ਲੱਭ ਕੇ ਅਰਮਾਨ ਕਹਿੰਦਾ ਮੈਕਡੋਨਲਡ ਖਾਣਾ ਅਤੇ ਅੱਗੇ ਲਾਈਨ ਦੇਖੋ ਮੈਕਡੋਨਲਡ ਦੀ ਲਓ ਜੀ ਪੇਟ ਪੂਜਾ ਕਰ ਲਈਏ ਇੱਕ ਵਾਰ ਫਿਰ ਆਪਾਂ ਮਾੜੇ ਮੋਟੇ ਸਮਾਨ ਲੈਂਦੇ ਹਾਂ ਜੋ ਵੀ ਲੈਣ ਵਾਲਾ ਵੀ ਆਰ ਵੀ ਲੱਕੀ ਮਤਲਬ ਨਿਊਜ਼ੀਲੈਂਡ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਕੋਈ ਚੱਕਰ ਨਹੀਂ ਹੈਗਾ ਹਾਲੇ ਇੰਨਾ ਹੈ ਨਾ ਵੇਚੀਆਂ ਨੂੰ ਪੰਗਾ ਪੈਣ ਲੱਗਿਆ ਸੀ 2 ਹਫ਼ਤੇ ਪਹਿਲਾਂ ਪਰ ਹੁਣ ਠੀਕ ਹੈ ਬਾਕੀ ਖਾ ਪੀ ਲਈਏ ਫਿਰ ਕਰਦੇ ਹਾਂ ਗੱਲ ਅੱਗੇ ਨੀਨੀ ਕੀ ਦੇਖਦਾ ਸੀਗਾ ਅੱਛਾ ਫਾਈਨ ਨਹੀਂ ਮਿਲਣਾ ਤਾਂ ਕੱਪੜੇ ਕੁਪੜੇ ਲੈ ਲਏ ਹੁਣ ਚੱਲੇ ਹਾਂ ਪੇ ਕਰਕੇ ਘਰੇ ਬੜਾ ਟਾਈਮ ਲੱਗ ਗਿਆ ਨੀਨਾ ਨੂੰ ਨਾ ਲੱਗਦਾ ਨੀਨਾ ਨੀਨਾ ਨੇ ਬਹੁਤ ਗਾ ਪਾਇਆ ਵੀ ਅੱਜ ਬੜੀ ਔਖੀ ਕਾਬੂ ਆਈ ਹੈ ਕੁੜੀ ਹਾਂ ਇਹ ਕਦੇ ਵੀ ਬਹਿੰਦੀ ਨਹੀਂ ਸੀਟ ਵਿੱਚ ਮੂਹਰੇ ਟਰਾਲੀ ਦੇ ਖੜ ਜਾਂਦੀ ਆ ਲੀਨਾ ਇੱਦਾਂ ਨਹੀਂ ਖੜੀਦਾ ਹਾਈ ਹੋ ਜਾਂਦੀ ਆ ਹਾਂਜੀ ਵਾਕਈ ਹੋ ਜਾਏਗਾ ਅਰਮਾਨ ਕਹਿੰਦਾ ਮੈਂ ਸੈਂਟਾ ਬਣ ਗਿਆ ਟਰਾਲੀ ਲੈ ਕੇ ਲਿਫਟ ਚੱਲਦੇ ਹਾਂ ਪੁੱਤ ਹੇਠਾਂ ਸਟੋਰ ਤੋਂ ਚਲੋ ਅਰਮਾਨ ਰਿਆਨ ਕਾ ਟ੍ਰਾਈ ਹੋ ਰਹੀਆਂ ਟੂ ਬਿਗ ਸਾਈਜ਼ ਆ ਤੇਰੇ ਲਈ ਚੱਲ ਆ ਜਾ ਫਟਾਫਟ ਇਹ ਕਾਫੀ ਵਧੀਆ ਸਟੋਰ ਆ ਇੱਥੇ ਦਾ ਫਾਰਮਰਸ ਇੱਥੇ ਲਾਈਕ ਕੋਸਮੈਟਿਕ ਅਤੇ ਕੱਪੜੇ ਬੱਚਿਆਂ ਦੇ ਵੱਡਿਆਂ ਦੇ ਘੜੀਆਂ ਜਵੈਲਰੀ ਐਵਰੀਥਿੰਗ ਮਿਲ ਜਾਂਦੀ ਆ ਮੋਸਟਲੀ
ਵੀ ਆ ਜਾ ਇੱਥੇ ਬਹਿ ਜਾ ਲੀਨ ਤੇਰੀ ਬੰਦੇ ਚੌਥੀ ਪੰਜਵੀਂ ਕਾਰ ਆ ਇਹ ਅੱਜ ਹੈਨਾ ਭੱਜ ਕੇ ਤੂੰ ਆ ਜਾਂਦੀਆਂ ਉਹਦੀ ਵੀਆ ਜੀ ਤਾਂ ਗਏ ਵੀਆ ਜੀ ਕਹਿੰਦੇ ਮੈਂ ਘੜੀਆਂ ਦੇਖਦਾ ਉੱਥੇ ਇੱਥੇ ਯੂ ਸੀ ਦਿਸ ਫੁੱਲੀ ਬਲੈਕ ਵਨ ਹਾਂ ਉਹਦੀ ਬਿਹਾਈਂਡ ਅੱਛਾ ਤਾਂ ਮੈਨੂੰ ਪਤਾ ਕਿਹੜੀ ਵਧੀਆ ਲੱਗੀ ਆ ਦਾ ਬॉयਜ਼ ਵਨ ਆ ਲਾਈਕ ਦੈਟ ਵਨ ਓਵਰ देयर ਦੈਟ ਸੈਸ ਪ੍ਰੋਟੈਕਸ਼ਨ ਵਨ ਲੱਭ ਗਈ ਗੱਡੀ ਹੋ ਰਹੀ ਆ ਕੁੜੀ ਨੇ ਬਹੁਤ ਤੰਗ ਕੀਤਾ ਅੱਜ ਇਹਨਾਂ ਨੂੰ ਬਹੁਤ ਤੰਗ ਕੀਤਾ ਫਲਾਈ ਦੀ ਲੱਗੀ ਤੈਨੂੰ ਇੱਥੇ ਛੱਡ ਜਾਣਾ ਅੱਜ ਅਸੀਂ ਘਰੇ ਨਹੀਂ ਲੈ ਕੇ ਆਣਾ ਮਮਾ ਗਏ ਮਮਾ ਕਹਿੰਦੇ ਨੀਨਾ ਨਾਲ ਨਹੀਂ ਲੈ ਕੇ ਜਾਣਾ ਤੈਨੂੰ ਕਿ ਇੱਥੇ ਛੱਡ ਜੀਏ ਤੈਨੂੰ ਇੱਥੇ ਛੱਡ ਜੀਏ ਉੱਤੇ ਬਹਿ ਕੇ ਜਾਣਾ ਘਰੇ ਅੱਜ ਇੱਥੇ ਬਹਿ ਕੇ ਪੱਕਾ ਠੀਕ ਆ ਤੂੰ ਕਿਤਾਬ ਪੜ੍ਹ ਰਿਹਾ ਮਾਈ ਗੋਡ ਪਹਿਲੀ ਵਾਰ ਹੋਇਆ ਵੀ ਅਰਮਾਨ ਨੇ ਆਪ ਬੁੱਕ ਚੱਕ ਕੇ ਪੜ੍ਹੀ ਹੋਵੇ ਓਕੇ ਜੀ ਅਸੀਂ ਹੁਣ ਸ਼ੋਪਿੰਗ ਕਰਕੇ ਆ ਗਏ ਹਾਂ ਅਤੇ ਥੱਕ ਗਏ ਹਾਂ ਚਾਰ ਪੰਜ ਘੰਟੇ ਸੋਹਣੇ ਬਾਹਰ ਲਾਇਆ ਏ ਖਾ ਪੀ ਵੀ ਆਏ ਸੋ ਹੁਣ ਪਲਾਨ ਬਣ ਰਿਹਾ ਕਿ ਥੋੜ੍ਹੀ ਦੇਰ ਰੈਸਟ ਕਰਾਂਗੇ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਕੀ ਕਰਦੀ ਹੈ ਮੇ ਬੀ ਵਾਕ ਲਈ ਜਾਈਏ ਸੋ ਬਹੁਤ ਵਧੀਆ ਡੇ ਰਿਹਾ ਬੱਚਿਆਂ ਨਾਲ ਵੀ ਫਨ ਸ਼ਨ ਹੋ ਗਿਆ ਅਤੇ ਕੰਮ ਦਾ ਕੰਮ ਵੀ ਹੋ ਗਿਆ ਆ ਮੈਨੂੰ ਹਿਚਕੀਆਂ ਲੱਗ ਗਈਆਂ ਜ਼ਿਆਦਾ ਗਾ ਲਿਆ ਲੱਗਦਾ ਆ ਅਤੇ ਯਾ ਸੋ ਓਵਰਆਲ ਗੁੱਡ ਹੈ ਅਤੇ ਥੈਂਕ ਯੂ ਤੁਸੀਂ ਸਾਨੂੰ ਵਾਚ ਕੀਤਾ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਦੇ ਸਬਸਕ੍ਰਾਈਬ ਵੀ ਕਰਿਓ ਮਿਲਦੇ ਹਾਂ ਫਿਰ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਫਿਰ ਆ ਗਈ ਜੀ